ਤੁਸੀਂ ਸੁਣ ਰਹੇ ਹੋ ਪੁਰਤਗਾਲ ਪੰਜਾਬੀ ਰੇਡੀਓ ਜਿਨ੍ਹਾਂ ਨੇ ਵੀ ਈਮਾਂ ਨੂੰ ਪੈਸੇ ਪੇ ਕੀਤੇ ਸੀ ਉਹਨਾਂ ਸਾਰਿਆਂ ਨੂੰ ਤਕਰੀਬਨ ਮੇਲਾ ਆ ਗਈਆਂ ਹਨ ਅਤੇ ਤਰੀਕਾ ਮਿਲ ਗਈਆਂ ਹਨ ਇਹ ਤਰੀਕਾ ਨੋਰਮਲੀ 25 ਨਵੰਬਰ ਤੋਂ ਸ਼ੁਰੂ ਕੀਤੀਆਂ ਗਈਆਂ ਹਨ ਹੋ ਸਕਦਾ ਹੈ ਕਿਸੇ ਨੂੰ ਪਹਿਲਾਂ ਦੀ ਵੀ ਮਿਲੀ ਹੋਵੇ ਸਾਰਿਆਂ ਨੂੰ ਪੇਪਰ ਅਪਲੋਡ ਕਰਨ ਲਈ ਕਹਿ ਦਿੱਤਾ ਗਿਆ ਹੈ ਸਾਪਾ ਪੋਰਟਲ ਤੇ ਪੇਪਰ ਅਪਲੋਡ ਕਰਨ ਦੀਆਂ ਆਪਸ਼ਨਾਂ ਆ ਰਹੀਆਂ ਹਨ ਆਪਣੇ ਪੇਪਰ ਅਪਲੋਡ ਕਰੋ ਅਤੇ ਜਿਹੜੀ ਤਰੀਕ ਤੁਹਾਨੂੰ ਮਿਲੀ ਹੈ ਉਸ ਤਰੀਕ ਤੇ ਜਾ ਕੇ ਆਪਣੇ ਫਿੰਗਰ ਕਰਵਾ ਆਓ ਹੁਣ ਬਹੁਤ ਸਾਰੇ ਵੀਰ ਕਹਿ ਰਹੇ ਹਨ ਕਿ ਉਹਨਾਂ ਕੋਲ ਪੇਪਰ ਪੂਰੇ ਨਹੀਂ ਹਨ ਜਦੋਂ ਤੁਸੀਂ ਪੇਪਰ ਅਪਲੋਡ ਕਰਦੇ ਹੋ ਜਿਹੜਾ ਪੇਪਰ ਤੁਹਾਡੇ ਕੋਲ ਨਹੀਂ ਹੈ ਉਸ ਨੂੰ ਰਹਿਣ ਦਿਓ ਬਾਕੀ ਤਾਂ ਸਾਰੇ ਪੇਪਰ ਤਕਰੀਬਨ ਹੀ ਸਾਰਿਆਂ ਕੋਲ ਹੋਣਗੇ ਕੇਵਲ ਪੀਸੀਸੀ ਦਾ ਪੇਪਰ ਮਿਸ ਹੋਵੇਗਾ ਹੁਣ ਜਦੋਂ ਤੁਸੀਂ ਐਮਾ ਵਿੱਚ ਜਾਂਦੇ ਹੋ ਜਿਹੜਾ ਪੇਪਰ ਮਿਸ ਹੋਵੇਗਾ ਉਸ ਦਾ ਫਾਲਤਾ ਪਾਇਆ ਜਾਵੇਗਾ ਤੁਹਾਨੂੰ 10 ਦਿਨ ਦੇ ਵਿੱਚ ਉਹ ਪੇਪਰ ਜਮਾ ਕਰਵਾਉਣ ਲਈ ਕਿਹਾ ਜਾਵੇਗਾ ਜੇਕਰ ਤੁਹਾਨੂੰ ਲੱਗਦਾ ਹੈ ਕਿ 10 ਦਿਨਾਂ ਵਿੱਚ ਤੁਹਾਡੀ PCC ਨਹੀਂ ਬਣਦੀ ਤਾਂ ਤੁਸੀਂ ਉੱਥੇ ਉਹਨਾਂ ਨੂੰ ਕਹਿ ਕੇ ਜ਼ਿਆਦਾ ਟਾਈਮ ਲੈ ਸਕਦੇ ਹੋ ਡਰੋ ਨਾ ਆਪਣੀ ਅਪਾਇੰਟਮੈਂਟ ਤੇ ਜ਼ਰੂਰ ਜਾਓ ਇਹ 골ਡਨ ਚਾਂਸ ਮਿਸ ਨਾ ਕਰੋ ਫਾਲਤੇ ਬਾਅਦ ਵਿੱਚ ਪੂਰੇ ਹੋ ਜਾਣਗੇ ਹੁਣ ਜਦੋਂ ਕਿ ਈਮਾ ਵੱਲੋਂ ਤਰੀਕਾ ਦਿੱਤੀਆਂ ਜਾ ਰਹੀਆਂ ਹਨ ਤਾਂ ਬਹੁਤ ਸਾਰੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਈਮਾ ਵੱਲੋਂ ਜਿਆਦਾ ਟਾਈਮ ਨਹੀਂ ਦਿੱਤਾ ਗਿਆ ਅਤੇ ਬਹੁਤ ਜਲਦੀ ਸੱਦ ਲਿਆ ਗਿਆ ਹੈ ਇਸ ਦਾ ਕਾਰਨ ਕੀ ਹੈ ਪਹਿਲਾ ਕਾਰਨ ਹੈ ਕਿ ਜਿੰਨੇ ਪੈਂਡਿੰਗ ਕੇਸ ਨੇ ਉਹ ਸਾਰੇ ਜਲਦੀ ਤੋਂ ਜਲਦੀ ਈਮਾ ਖਤਮ ਕਰਨੇ ਚਾਹੁੰਦੀ ਹੈ ਕਿਉਂਕਿ ਈਮਾ ਦੇ ਉੱਪਰ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਹੁਣ ਇੱਥੇ ਜੀ ਡੀਪਲੀ ਦੇਖਿਆ ਜਾਵੇ ਤਾਂ ਈਮਾ ਨੂੰ ਹੁਣ ਇਹੇ ਪਤਾ ਲੱਗ ਚੁੱਕਾ ਹੈ ਕਿ ਲੋਕੀ ਬਾਹਰ ਰਹਿ ਕੇ ਪੁਰਤਗਾਲ ਦੇ ਪੇਪਰ ਬਣਾਉਂਦੇ ਨੇ ਹੁਣ 1 ਹਫਤੇ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਸਾਧ ਲਿਆ ਗਿਆ ਹੈ ਹੁਣ ਤੁਸੀਂ ਲੌਜੀਕਲੀ ਸਮਝ ਹੀ ਗਏ ਹੋਵੋਗੇ ਕਿ ਵੱਡਾ ਕਾਰਨ ਇਹੀ ਹੈ ਹੁਣ ਜਿਨ੍ਹਾਂ ਨੂੰ ਤਰੀਕਾ ਮਿਲਿਆ ਨੇ ਉਹ ਤਰੀਕਾ ਤੇ ਜਰੂਰ ਜਾਓ ਨਹੀਂ ਤਾਂ ਪੇਪਰ ਨਹੀਂ ਮਿਲਨੇ ਜਿਨ੍ਹਾਂ ਨੂੰ ਈਮਾ ਵੱਲੋਂ ਅਜੇ ਕੋਈ ਈਮੇਲ ਨਹੀਂ ਆਈ ਪਿਛਲੀਆਂ ਖਬਰਾਂ ਵਿੱਚ ਇੱਕ ਤਰੀਕਾ ਦੱਸਿਆ ਸੀ ਉਹ ਸੁਣ ਕੇ ਫੋਲੋ ਕਰ ਲਵੋ ਜੇਕਰ ਕੋਈ ਹੱਲ ਨਹੀਂ ਨਿਕਲਦਾ ਤਾਂ ਡਿਸਕ੍ਰਿਪਸ਼ਨ ਵਿੱਚ ਇੱਕ ਈਮੇਲ ਦਿੱਤੀ ਹੈ ਉਸ ਈਮੇਲ ਤੇ ਆਪਣੇ ਸਾਰੇ ਡਾਕੂਮੈਂਟ ਭੇਜ ਦਿਓ ਅਤੇ ਥੋੜਾ ਡਿਟੇਲ ਵਿੱਚ ਲਿਖ ਦਿਓ ਕਿ ਤੁਹਾਨੂੰ ਕੀ ਮੁਸ਼ਕਿਲ ਆ ਰਹੀ ਹੈ ਈਮੇਲ ਨਹੀਂ ਆਈ ਜਾਂ ਤੁਹਾਡਾ ਪਾਸਵਰਡ ਰਿਕਵਰ ਨਹੀਂ ਹੋ ਰਿਹਾ ਸਾਰਾ ਲਿਖ ਕੇ ਆਪਣੇ ਡਾਕੂਮੈਂਟ ਅਪਲੋਡ ਕਰਕੇ ਉਸ ਈਮੇਲ ਤੇ ਭੇਜ ਦਿਓ ਈਮਾ ਦੇ ਖਿਲਾਫ ਹੁਣ ਤੱਕ 1700 ਤੋਂ ਉੱਪਰ ਸ਼ਿਕਾਇਤਾਂ ਦਰਜ ਹੋ ਚੁੱਕੀਆਂ ਹਨ ਇਨ੍ਹਾਂ ਸ਼ਿਕਾਇਤਾਂ ਵਿੱਚੋਂ 50% ਸ਼ਿਕਾਇਤਾਂ ਉਹ ਹਨ ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਈਮਾ ਦੇ ਕੰਮ ਕਰਨ ਦੀ ਸਪੀਡ ਬਹੁਤ ਘੱਟ ਹੈ ਹਰੇਕ ਕੰਮ ਵਿੱਚ ਲੋਕਾਂ ਨੂੰ ਬਹੁਤ ਜ਼ਿਆਦਾ ਵੇਟ ਕਰਨੀ ਪੈ ਰਹੀ ਹੈ ਬਹੁਤ ਸਾਰੇ ਲੋਕ ਆਪਣੇ ਕਾਰਡ ਰੀਨਿਊ ਕਰਨ ਦੀ ਉਡੀਕ ਕਰ ਰਹੇ ਹਨ ਬਹੁਤ ਸਾਰੇ ਲੋਕਾਂ ਦੇ ਫਿੰਗਰ ਹੋ ਚੁੱਕੇ ਹਨ ਉਹ ਕਾਰਡਾਂ ਦੀ ਉਡੀਕ ਕਰ ਰਹੇ ਹਨ ਬਹੁਤ ਸਾਰੇ ਲੋਕ ਈਮਾ ਨੂੰ ਫੋਨ ਕਰਦੇ ਹਨ ਅਤੇ ਘੰਟਾ-ਘੰਟਾ ਉਡੀਕ ਕਰਨੀ ਪੈਂਦੀ ਹੈ। ਈਮਾ ਦਾ ਮਤਲਬ ਬਸ ਉਡੀਕ, ਉਡੀਕ ਅਤੇ ਉਡੀਕ ਬਣ ਚੁੱਕਾ ਹੈ। ਇੱਕ ਨਿਊਜ਼ ਆਰਟੀਕਲ ਦੇ ਮੁਤਾਬਕ ਈਮਾ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਲੋਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਈਮਾ ਕੰਮ ਬਹੁਤ ਸਲੋ ਕਰਦੀ ਹੈ ਪਰ ਈਮਾ ਵੱਲੋਂ ਕੰਮ ਬਹੁਤ ਸਪੀਡ ਤੇ ਕੀਤਾ ਜਾ ਰਿਹਾ ਹੈ। ਪਰ ਇੱਥੇ ਕਸੂਰ ਸਿਰਫ ਇਮਾ ਦਾ ਨਹੀਂ ਬਹੁਤ ਸਾਰੇ ਇਮੀਗ੍ਰੈਂਟਸ ਦਾ ਵੀ ਹੈ ਜਦੋਂ ਲੋਕਾਂ ਨੂੰ ਤਰੀਕ ਦਿੱਤੀ ਜਾਂਦੀ ਹੈ ਉਹ ਲੋਕ ਤਰੀਕ ਤੇ ਨਹੀਂ ਪਹੁੰਚਦੇ ਅਤੇ ਨਾ ਹੀ ਉਸ ਤਰੀਕ ਨੂੰ ਕੈਨਸਲ ਕਰਦੇ ਹਨ ਜੇਕਰ ਉਹ ਉਸ ਤਰੀਕ ਤੇ ਨਹੀਂ ਆਉਣਾ ਚਾਹੁੰਦੇ ਤਾਂ ਉਸ ਤਰੀਕ ਨੂੰ ਕੈਨਸਲ ਕਰ ਦਿਆ ਕਰਨ ਤਾਂ ਜੋ ਹੋਰ ਕਿਸੇ ਨੂੰ ਤਰੀਕ ਦਿੱਤੀ ਜਾ ਸਕੇ ਬਹੁਤ ਸਾਰੇ ਲੋਕ ਆਉਂਦੇ ਹਨ ਅਤੇ ਉਹਨਾਂ ਦੇ ਪੇਪਰ ਪੂਰੇ ਨਹੀਂ ਹੁੰਦੇ ਅਤੇ ਉਹ ਬਾਅਦ ਵਿੱਚ ਫਾਲਤੇ ਜਮ੍ਹਾਂ ਕਰਾਉਂਦੇ ਹਨ ਜਿਸ ਕਰਕੇ ਪ੍ਰੋਸੈਸ ਨੂੰ ਐਨਾਲਾਈਜ਼ ਕਰਨ ਵਿੱਚ ਟਾਈਮ ਲੱਗਦਾ ਹੈ ਬਹੁਤ ਸਾਰੇ ਲੋਕਾਂ ਦੇ ਅਕੋਰਡਿੰਗ ਲਾਅ ਟੈਕਸ ਪੂਰੇ ਨਹੀਂ ਹੁੰਦੇ ਇੱਥੋਂ ਤੱਕ ਕਿ ਬਹੁਤ ਸਾਰੇ ਲੋਕਾਂ ਕੋਲ ਪਾਸਪੋਰਟ ਵੀ ਨਹੀਂ ਹੁੰਦਾ ਜੇਕਰ ਤੁਹਾਡੇ ਕੋਲ ਤੁਹਾਡੇ ਦੇਸ਼ ਦੀ ਮੁੱਢਲੀ ਆਈਡੈਂਟੀ ਭਾਵੇਂ ਪਾਸਪੋਰਟ ਨਹੀਂ ਹੋਵੇਗਾ ਤਾਂ ਤੁਹਾਡਾ ਪ੍ਰੋਸੈਸ ਅੱਗੇ ਕਿਵੇਂ ਚੱਲੇਗਾ ਇਹ ਸਭ ਕੁਝ ਕਹਿਣਾ ਹੈ ਐਮਾ ਦਾ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹਨ ਜੋ ਪਤਾ ਲੱਗਦੀਆਂ ਰਹਿੰਦੀਆਂ ਹਨ ਪਰ ਆਪਾਂ ਓਪਨਲੀ ਸੋਸ਼ਲ ਮੀਡੀਆ ਤੇ ਨਹੀਂ ਬੋਲ ਸਕਦੇ ਬੇਨਤੀ ਇਹ ਹੀ ਹੈ ਕਿ ਜਿਨ੍ਹਾਂ ਦੇ ਪੇਪਰ ਇੰਟਰ ਹੋਏ ਹਨ ਉਹ ਪ੍ਰਪੇਅਰ ਜਰੂਰ ਰਹੋ ਇਹ ਮਾ ਕਦੇ ਵੀ ਸਾਧ ਸਕਦੀ ਹੈ ਅਤੇ ਖਾਸ ਕਰਕੇ ਪੁਰਤਗਾਲ ਵਿੱਚ ਹੀ ਰਹੋ ਵਕੀਲਾਂ ਅਤੇ ਲੁੱਟ ਲਾਣੇ ਕੋਲੋਂ ਥੋੜਾ ਬਚ ਕੇ ਰਹੋ ਅਸਲ ਵਿੱਚ ਹੁਣ ਆਉਣ ਵਾਲੇ ਟਾਈਮ ਵਿੱਚ ਇੰਨਾ ਵਾਸਤੇ ਕੋਈ ਜ਼ਿਆਦਾ ਕੰਮ ਬਚਣਾ ਨਹੀਂ ਪੁਰਤਗਾਲ ਵਿੱਚ ਇਸ ਲਈ ਹੁਣ ਇਹ ਸੋਚ ਰਹੇ ਨੇ ਕਿ ਜਿੰਨਾ ਲੁੱਟ ਹੁੰਦਾ ਲੁੱਟ ਲਈਏ ਪੇਪਰ ਹੁਣ ਸਾਰਿਆਂ ਨੂੰ ਮਿਲ ਜਾਣੇ ਨੇ 90% ਸਿਸਟਮ ਔਨਲਾਈਨ ਹੋ ਚੁੱਕਿਆ ਜੇ ਪੇਪਰ ਦੁਬਾਰਾ ਖੁੱਲ੍ਹੇ ਉਹ ਕਿਸੇ ਨਵੇਂ ਸਿਸਟਮ ਰਾਹੀਂ ਖੁੱਲਣਗੇ ਜ਼ਿਆਦਾ ਕੰਮ ਔਨਲਾਈਨ ਹੋਇਆ ਕਰਨੇ ਨੇ ਕਿਉਂਕਿ ਪੁਰਤਗਾਲ ਵਿੱਚ ਇੰਨੇ ਵਰਕਰ ਨਹੀਂ ਹਨ ਜੋ ਇਹ ਸਾਰਾ ਸਿਸਟਮ ਦੇਖ ਸਕਣ ਉਦਾਹਰਨ ਵਜੋਂ ਤੁਸੀਂ ਇਹ ਮਾਹੀ ਦੇਖ ਲਵੋ ਕੀ ਹੋ ਰਿਹਾ ਹੈ ਇਸ ਲਈ ਪੁਰਤਗਾਲ ਆਪਣੇ ਹਰ ਸਿਸਟਮ ਵਿੱਚ AI ਟੈਕਨੋਲੋਜੀ ਦੀ ਮਦਦ ਲੈਣੀ ਸ਼ੁਰੂ ਕਰ ਰਿਹਾ ਹੈ ਉਦਾਹਰਨ ਦੇ ਤੌਰ ਤੇ ਤੁਸੀਂ ਨੈਸ਼ਨੈਲਟੀ ਵਾਲੀ ਵੈਬਸਾਈਟ ਦੇਖ ਸਕਦੇ ਹੋ ਜਾਂ ਫਿਰ ਸੀਗਾ ਵਾਲੀ ਵੈਬਸਾਈਟ ਦੇਖੋ ਉੱਥੇ ਹੁਣ ਤੁਸੀਂ ਇੱਕ ਵੋਟ ਨਾਲ ਆਨਲਾਈਨ ਗਾਲ ਕਰ ਸਕਦੇ ਹੋ ਅਤੇ ਕਿਸੇ ਵੀ ਚੀਜ਼ ਦੀ ਜਾਣਕਾਰੀ ਜਾਂ ਸਲਾਹ ਲੈ ਸਕਦੇ ਹੋ ਇਹ ਚੀਜ਼ਾਂ ਹਾਲੇ ਤੱਕ ਅੰਡਰ ਟ੍ਰਾਇਲ ਹਨ ਪਰ ਅਗਲੇ ਸਾਲ ਤੱਕ ਪ੍ਰੋਫੈਸ਼ਨਲੀ ਸ਼ੁਰੂ ਹੋ ਜਾਣਗੀਆਂ ਇਸ ਬਾਰੇ ਜਲਦੀ ਹੀ ਇੱਕ ਪੋਡਕਾਸਟ ਅਪਲੋਡ ਕਰਾਂਗੇ ਸੁਣਦੇ ਰਿਹਾ ਕਰੋ ਸ਼ੇਗਾ ਪਾਰਟੀ ਵੱਲੋਂ ਪੋਰਤੋ ਵਿੱਚ ਇਲੀਗਲ ਇਮੀਗ੍ਰੈਂਟਸ ਦੇ ਖਿਲਾਫ ਬਹੁਤ ਵੱਡਾ ਮਾਰਚ ਕੱਢਿਆ ਗਿਆ ਸੀ ਜਿਦਾ ਲੋਗੋ ਉਹਨਾਂ ਨੇ ਇਹ ਰੱਖਿਆ ਸੀ ਕਿ ਪੁਰਤਗਾਲ ਵਿੱਚ ਇੱਕ ਵੀ ਹੋਰ ਇਲੀਗਲ ਇਮੀਗ੍ਰੈਂਟਸ ਨਹੀਂ ਚਾਹੀਦਾ ਵੈਂਟੂਰਾ ਦੇ ਕਹਿਣ ਮੁਤਾਬਕ ਪੁਰਤਗਾਲ ਵਿੱਚ ਬਹੁਤ ਮਾੜੇ ਅਤੇ ਗਲਤ ਕੰਮ ਇਲੀਗਲ ਕੰਮ ਇਮੀਗ੍ਰੈਂਟਸ ਦੁਆਰਾ ਕੀਤੇ ਜਾ ਰਹੇ ਹਨ ਛੇਗਾ ਨੇ ਆਪਣੇ ਪੇਜ ਤੇ ਇੱਕ ਵੀਡੀਓ ਅਪਲੋਡ ਕੀਤੀ ਸੀ ਜਿਸ ਵਿੱਚ ਪੁਰਤਗਾਲੀ ਲੋਕ ਦੱਸ ਰਹੇ ਸਨ ਕਿ ਕਿਵੇਂ ਇਮੀਗ੍ਰੈਂਟਸ ਲੜਦੇ ਹਨ ਜਾਂ ਗਲਤ ਕੰਮ ਕਰਦੇ ਹਨ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸੋ ਪੁਰਤਗਾਲ ਵਿੱਚ ਪੁਲਿਸ ਵੱਲੋਂ ਪੁਰਤਗਾਲ ਵਿੱਚ ਕ੍ਰਾਈਮ ਨੂੰ ਬਹੁਤ ਵੱਡੇ ਪੱਧਰ ਤੇ ਨੱਥ ਪਾਈ ਜਾ ਰਹੀ ਹੈ। ਪਿਛਲੇ ਦਿਨੀ ਫਰਾਂਸ ਵਿੱਚ ਅਰੇਸਟ ਵਾਰੰਟ ਜਾਰੀ ਇੱਕ ਆਦਮੀ ਨੂੰ ਪੁਰਤਗਾਲ ਵਿੱਚ ਪੁਰਤਗਾਲ ਪੁਲਿਸ ਵੱਲੋਂ ਕਾਬੂ ਕੀਤਾ ਗਿਆ ਹੈ। ਹੋਰ ਵੀ ਬਹੁਤ ਸਾਰੇ ਗੈਂਗ ਸਿਸਟਮ ਨੂੰ ਬ੍ਰੇਕਡਾਊਨ ਕੀਤਾ ਗਿਆ ਹੈ। ਸੋ ਇਹਨਾਂ ਚੀਜ਼ਾਂ ਤੋਂ ਥੋੜਾ ਪਰਹੇਜ਼ ਕਰੋ ਆਪਣੇ ਕੰਮ ਅਤੇ ਜ਼ਿੰਦਗੀ ਤੇ ਫੋਕਸ ਰੱਖੋ। ਪੁਰਤਗਾਲ ਵਿੱਚ ਵਧ ਰਿਹਾ ਹੈ ਇਲੈਕਟ੍ਰਿਕ ਕਾਰਾਂ ਦਾ ਕ੍ਰੇਜ਼। ਇੱਕ ਰਿਪੋਰਟ ਮੁਤਾਬਕ ਪੁਰਤਗਾਲ ਵਿੱਚ 1 ਲੱਖ ਤੋਂ ਵੱਧ ਇਲੈਕਟ੍ਰਿਕ ਕਾਰਾਂ ਰੋਡ ਉੱਤੇ ਚੱਲ ਰਹੀਆਂ ਹਨ ਇਸ ਸਾਲ ਵਿੱਚ ਪੁਰਤਗਾਲ ਵਿੱਚ ਇਲੈਕਟ੍ਰਿਕ ਕਾਰਾਂ ਦੀ ਗਿਣਤੀ ਵਿੱਚ ਬਹੁਤ ਜ਼ਿਆਦਾ ਵਾਧਾ ਹੋਇਆ ਹੈ ਸਾਲ ਦੇ ਕੀ ਤੱਕ ਇਹ ਗਿਣਤੀ 130000 ਹੋ ਜਾਵੇਗੀ ਅਤੇ ਅਗਲੇ ਸਾਲ ਤੱਕ ਗਿਣਤੀ 2 ਲੱਖ ਹੋਣ ਦਾ ਟੀਚਾ ਹੈ ਦੂਸਰੀਆਂ ਯੂਰੋਪੀਅਨ ਕੰਟਰੀਆਂ ਦੀ ਐਵਰੇਜ ਦੇ ਹਿਸਾਬ ਨਾਲ ਪੁਰਤਗਾਲ ਬਹੁਤ ਅੱਗੇ ਜਾ ਰਿਹਾ ਹੈ ਪੁਰਤਗਾਲ ਵਿੱਚ ਅੱਜਕੱਲ ਟੈਸਲਾ ਗੱਡੀ ਨੋਰਮਲੀ ਸੜਕਾਂ ਤੇ ਨਜ਼ਰ ਆ ਜਾਂਦੀ ਹੈ ਬਹੁਤ ਸਾਰੇ ਲੋਕ ਇਲੈਕਟ੍ਰਿਕ ਗੱਡੀਆਂ ਦੀ ਵਰਤੋਂ ਟੈਕਸੀ ਅਤੇ ਉਬਰ ਵਿੱਚ ਵੀ ਕਰ ਰਹੇ ਹਨ ਇਲੈਕਟ੍ਰਿਕ ਗੱਡੀ ਖਰੀਦਣ ਸਮੇਂ ਤਾਂ ਮਹਿੰਗੀ ਹੁੰਦੀ ਹੈ ਪਰ ਬਾਅਦ ਵਿੱਚ ਇਸ ਦਾ ਕੋਈ ਜ਼ਿਆਦਾ ਖਰਚਾ ਨਹੀਂ ਹੁੰਦਾ ਡਿਸਕ੍ਰਿਪਸ਼ਨ ਵਿੱਚ ਈਮੇਲ ਦਿੱਤੀ ਹੈ ਜਿਨ੍ਹਾਂ ਨੂੰ EMA ਪ੍ਰੋਸੈਸ ਵਿੱਚ ਕੋਈ ਵੀ ਮੁਸ਼ਕਲ ਆ ਰਹੀ ਹੈ ਉਸ ਈਮੇਲ ਐਡਰੈਸ ਤੇ ਜ਼ਰੂਰ ਆਪਣੇ ਡਾਕੂਮੈਂਟ ਭੇਜ ਦਿਓ ਲੁੱਟ ਲੈਣੇ ਕੋਲੋਂ ਬਚ ਕੇ ਰਹੋ ਕੰਮ ਵੱਲ ਧਿਆਨ ਦਿਓ ਟੈਕਸ ਜਰੂਰ ਪੇ ਕਰਦੇ ਰਹੋ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜਾਣਕਾਰੀ ਕਿੱਦਾਂ ਦੀ ਲੱਗਦੀ ਹੈ ਅਫਵਾਹਾਂ ਤੋਂ ਬਚੋ ਪੰਜਾਬੀ ਬੋਲੀ ਜਿੰਦਾਬਾਦ